ਵੱਡੀ ਖਬਰ ਇਸ ਵੇਲੇ ਦੀ ਫੇਕ ਕਾਲ ਸੈਂਟਰ ਮਾਮਲੇ ਨੂੰ ਲੈ ਕੇ ਮੋਹਾਲੀ ਦੇ ਵਿੱਚ 11 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇੱਕ ਫੇਕ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ ਤੇ ਬਾਅਦ ਦੇ ਵਿੱਚ ਪਰਦਾਫਾਸ਼ ਹੁੰਦਾ ਹੈ ਕਿ ਦਿੱਲੀ ਤੇ ਮੋਹਾਲੀ ਦੇ ਵਿੱਚ ਹੀ ਅਜਿਹੇ ਫੇਕ ਕਾਲ ਸੈਂਟਰ ਚਲਾਏ ਜਾ ਰਹੇ ਨੇ ਜਿੱਥੇ ਕਿ ਸਾਈਬਰ ਕ੍ਰਾਈਮ ਕੀਤਾ ਜਾ ਰਿਹਾ ਹੈ। ਜਾਣੀ ਕਿ NRI ਜੋ ਕਿ ਨੌਨ ਰੈਜ਼ੀਡੈਂਟ ਇੰਡੀਅਨਸ ਨੇ ਬਾਹਰਲੇ ਮੁਲਕਾਂ 'ਚ ਵੱਸਦੇ ਭਾਰਤੀ ਮੂਲ ਦੇ ਸ਼ਖਸ ਨੇ ਉਹਨਾਂ ਨੂੰ ਕੰਟੈਕਟ ਕੀਤਾ ਜਾਂਦਾ ਸੀ ਤੇ ਪਤਾ ਲੱਗਦਾ ਸੀ ਕਿ ਉਹਨਾਂ ਨੇ ਕਿਸੇ ਤਰੀਕੇ ਦੀ ਆਰਥਿਕ ਝੋਲਚਾਲ ਕੀਤੀ ਹੈ ਤਾਂ ਫਿਰ ਉਹਨਾਂ ਨੂੰ ਡਰਾਵਾ ਦਿੱਤਾ ਜਾਂਦਾ ਸੀ ਤੇ ਹਵਾਲਾ ਦੇ ਤਰੀਕੇ ਪੈਸੇ ਟ੍ਰਾਂਸਫਰ ਕਰਵਾਏ ਜਾਂਦੇ ਸੀ ਕੁਝ ਖਾਤਿਆਂ ਦੇ ਵਿੱਚ ਜਾਂ ਫਿਰ ਕ੍ਰਿਪਟੋ ਕਰੰਸੀ ਵਾਲਟਸ ਦੇ ਵਿੱਚ ਜਿਸ ਦੇ ਕਾਰਨ ਵੱਡਾ ਸਕੈਮ ਕੀਤਾ ਜਾ ਰਿਹਾ ਸੀ। ਸੋ ਲੰਬੇ ਸਮੇਂ ਤੋਂ ਇਹ ਜਿਹੜਾ ਸਕੈਮ ਚੱਲਦਾ ਆ ਰਿਹਾ ਸੀ ਲੁਧਿਆਣਾ ਮੋਹਾਲੀ ਤੇ ਦਿੱਲੀ ਦੇ ਵਿੱਚ ਇਹ ਕਾਲ ਸੈਂਟਰ ਚੱਲ ਰਹੇ ਸੀ। 11 ਗ੍ਰਿਫਤਾਰੀਆਂ ਹੋਈਆਂ ਨੇ ਤੇ ਮੌਕੇ ਦੇ ਉੱਤੋਂ 11 ਲੈਪਟਾਪ, 18 ਮੋਬਾਈਲ ਫੋਨ, 1 ਟੋਯੋਟਾ ਫੋਰਚੂਨਰ ਗੱਡੀ, 1 ਲੱਖ ਰੁਪਈਆ ਕੈਸ਼ ਤੇ ਕੁਝ ਸੋਨੇ ਦੇ ਜੇਵਰ ਵੀ ਬਰਾਮਦ ਹੋਏ ਨੇ। ਸੋ ਲਗਾਤਾਰ ਪੁਲਿਸ ਹੁਣ ਸਰਗਰਮੀ ਵਿਖਾ ਰਹੀ ਹੈ। ਇੱਕ ਵੱਡਾ ਸਕੈਮ ਜਿਹੜਾ ਕੀਤਾ ਜਾ ਰਿਹਾ ਸੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕਈ ਸ਼ਹਿਰਾਂ ਦੇ ਵਿੱਚ ਹਵਾਲਾ ਦੇ ਜ਼ਰੀਏ ਪੈਸੇ ਜਿਹੜੇ ਨੇ ਉਹ ਐਂਠੇ ਜਾ ਰਹੇ ਸੀ ਕੁਝ ਨੌਨ ਰੈਜ਼ੀਡੈਂਟ ਇੰਡੀਅਨਸ ਕੋਲੋਂ, ਜਦੋਂ ਕਿ ਉਹਨਾਂ ਸ਼ਖਸਾਂ ਨੂੰ ਹੀ ਫੋਨ ਕੀਤਾ ਜਾਂਦਾ ਸੀ ਜਿਨ੍ਹਾਂ ਨੇ ਕਿਸੇ ਤਰੀਕੇ ਦਾ ਆਰਥਿਕ ਝੋਲਚਾਲ ਕੀਤਾ ਹੁੰਦਾ ਸੀ। ਬਾਅਦ ਦੇ ਵਿੱਚ ਕਾਨੂੰਨੀ ਕਾਰਵਾਈ ਦਾ ਡਰ ਦੇ ਕੇ ਇਹਨਾਂ ਲੋਕਾਂ ਤੋਂ ਕੁਝ ਪੈਸੇ ਟ੍ਰਾਂਸਫਰ ਕਰਾਏ ਜਾਂਦੇ ਸੀ ਜੋ ਕਿ ਹਵਾਲਾ ਦੇ ਜ਼ਰੀਏ ਮੁੜ ਇਹਨਾਂ ਸਕੈਮ ਕਰਨ ਵਾਲਿਆਂ ਦੇ ਖਾਤਿਆਂ ਦੇ ਵਿੱਚ ਆਉਂਦੇ ਸੀ। ਸੋ ਵੱਡੀ ਰਕਮ ਜਿਹੜੀ ਹੈ ਇਹਨਾਂ ਨੇ ਹੁਣ ਤੱਕ ਐਂਠੀ ਸੀ। ਕਈ ਸਾਰੇ ਫਲੈਟ ਇਹ ਸਕੈਮ ਕਰਨ ਵਾਲਿਆਂ ਦੇ ਨਾਂ ਦੇ ਉੱਤੇ ਰਜਿਸਟਰਡ ਪੌਸ਼ ਇਲਾਕਿਆਂ ਦੇ ਵਿੱਚ ਵੀ ਪਾਏ ਗਏ। 27 ਲੱਖ ਰੁਪਈਆ ਜੋ ਕਿ ਗੁਜਰਾਤ ਦੇ ਸਚਿਨ ਪਟੇਲ ਦੇ ਖਾਤੇ ਦੇ ਵਿੱਚੋਂ ਹੁਣ ਤੱਕ ਹਵਾਲਾ ਪੈਸਾ ਬਰਾਮਦ ਹੋ ਚੁੱਕਿਆ। ਨਾਲ ਹੀ ਕਈ ਸਾਰੇ ਫਲੈਟ ਅਤੇ ਹੋਰ ਪ੍ਰਾਪਰਟੀਆਂ, ਰੀਅਲ ਅਸਟੇਟ ਪ੍ਰਾਪਰਟੀ ਇਹਨਾਂ ਨੇ ਆਪਣੇ ਨਾਂ 'ਤੇ ਖਰੀਦੀ ਹੋਈ ਸੀ। 11 ਗ੍ਰਿਫਤਾਰੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਇਹ ਕਾਲ ਸੈਂਟਰ ਲੁਧਿਆਣੇ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਰੇਡ ਦੇ ਵਿੱਚ ਬਾਅਦ ਦੇ ਵਿੱਚੋਂ ਮੋਹਾਲੀ ਅਤੇ ਦਿੱਲੀ ਦੇ ਵਿੱਚੋਂ ਵੀ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਕੁੱਲ 11 ਲੋਕ ਗ੍ਰਿਫਤਾਰ ਹੋਏ ਨੇ ਇਸ ਸਕੈਮ ਦੇ ਨਾਲ ਜੋੜ ਕੇ। ਅਡੀਸ਼ਨਲ DCP ਕ੍ਰਾਈਮ ਰੁਪਿੰਦਰ ਕੌਰ ਭੱਟੀ ਨੇ ਇਸ ਸਕੈਮ ਦਾ ਪਰਦਾਫਾਸ਼ ਕੀਤਾ। ਉਹਨਾਂ ਨੇ ਕਿਹਾ ਕਿ ਮੋਹਾਲੀ ਅਤੇ ਦਿੱਲੀ ਦੇ ਵਿੱਚ ਵੀ ਲੁਧਿਆਣੇ ਵਾਂਗਰ ਹੀ ਇਹ ਚਲਾਏ ਜਾ ਰਹੇ ਸੀ ਫੇਕ ਕਾਲ ਸੈਂਟਰ, ਜਿੱਥੇ ਫੇਕ ਟੈਕਸ ਜਾਂ ਇੰਸ਼ੋਰੈਂਸ ਅਥਾਰਟੀ ਬਣ ਕੇ ਇਹ ਲੋਕ ਫੋਨ ਕਰਦੇ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਿਸੇ ਤਰੀਕੇ ਦੀ ਆਰਥਿਕ ਝੋਲਚਾਲ ਕੀਤਾ ਹੋਵੇ ਅਤੇ ਫਿਰ ਉਹਨਾਂ ਨੂੰ ਡਰਾਵਾ ਦਿੱਤਾ ਜਾਂਦਾ ਸੀ ਕਾਨੂੰਨੀ ਕਾਰਵਾਈ ਦਾ ਅਤੇ ਉਹਨਾਂ ਤੋਂ ਪੈਸੇ ਉਹ ਜਿਹੜੇ ਨੇ ਉਹ ਐਂਠੇ ਜਾਂਦੇ ਸੀ। ਸੋ ਵੱਡੀ ਇਹ ਖਬਰ, 11 ਲੋਕ ਹੋਏ ਨੇ ਗ੍ਰਿਫਤਾਰ ਫੇਕ ਕਾਲ ਸੈਂਟਰ ਮਾਮਲੇ ਦੇ ਵਿੱਚ। ਮੋਹਾਲੀ, ਦਿੱਲੀ ਅਤੇ ਲੁਧਿਆਣਾ ਦੇ ਵਿੱਚ ਕਾਲ ਸੈਂਟਰ ਚੱਲ ਰਿਹਾ ਸੀ ਜਿੱਥੇ 11 ਗ੍ਰਿਫਤਾਰੀਆਂ ਹੋਈਆਂ ਨੇ। ਦੇਖਦੇ ਰਹੋ ਲਿਬਰਲ TV ਪੰਜਾਬੀ, ਲੋਕਾਂ ਦੀ ਆਵਾਜ਼ ਲੋਕਾਂ ਲਈ। ਲਿਬਰਲ TV ਪੰਜਾਬੀ।